ਸਾਧਨ ਸੀ ਤੁਲਹਾ। ਕੁਛ ਲੱਕੜਾਂ ਨੂੰ ਹੱਟਿਆਂ ਨੂੰ ਇਕੱਠਿਆਂ ਕਰਕੇ ਜੋੜਦੇ ਨੇ, ਬੰਨਦੇ ਨੇ, ਕਿਉਂਕਿ ਲੱਕੜ ਪਾਣੀ ਵਿੱਚ ਡੁੱਬਦੀ ਨੇ। ਬੇੜੀ ਬਣਾਉਣ ਲੱਗਿਆਂ
ਫਿਰ ਕਿਸੇ ਮਿਸਤਰੀ ਕਾਰੀਗਰ ਦੀ ਕਾਰੀਗਰੀ ਦੀ ਲੋੜ ਹੈ, ਉਹਦਾ ਕੋਈ ਡਿਜ਼ਾਇਨ ਹੈ। ਪਰ ਤੋ ਹਾਲੇ ਕੋਈ ਡਿਜ਼ਾਇਨ ਨਹੀਂ, ਕਿਉਂਕਿ ਲੱਕੜੀ ਡੁੱਬਦੀ ਨਹੀਂ। ਇਸ ਲਈ ਫੱਟਿਆਂ ਦਾ ਲੱਕੜਾਂ ਦਾ ਇੱਕ ਬਹੁਤ ਵੱਡਾ ਸਾਰਾ ਇਕੱਠ ਜੋੜ ਕੇ ਪਾਣੀ ਦੀ ਸਤ੍ਹਾ ਤੇ ਰੱਖ ਲੈਣਾ। ਉਹ ਡੁੱਬਦਾ ਨਹੀਂ, ਇਸ ਲਈ ਸਧਾਰਨ ਪਿੰਡਾਂ ਦੇ ਲੋਕ ਜਦੋਂ ਦਰਿਆ ਪਾਰ ਕਰਦੇ ਸਨ ਉਦੋਂ ਤਲਹੇ ਬਣ ਲੈਂਦੇ ਸਨ। ਬੜਾ ਸਧਾਰਨ ਜਿਹਾ ਸਾਧਨ, ਕਿਉਂਕਿ ਵਪਾਰ ਤੁਸੀਂ ਅਜੇ ਵੀ ਪਿੰਡਾਂ ਵਿੱਚ ਜਾਓ, ਹੁਣ ਤੇ ਸਭ ਕੁਛ ਬਦਲ ਗਿਆ, ਪੁਲਾਂ ਬਣ ਗਈਆਂ, ਆਉਣ ਜਾਣ ਦੇ ਸਾਧਨ ਬਣ ਗਏ। ਅੱਗੇ ਕੋਈ ਕੋਈ ਸ਼ਹਿਰ ਹੁੰਦਾ ਸੀ, ਬਾਕੀ ਸਭ ਪਿੰਡ ਸੀ। ਆਪਣੇ ਘਰ ਦੀਆਂ ਜ਼ਰੂਰਤਾਂ ਖਰੀਦਣ ਲਈ ਪਿੰਡਾਂ ਦੇ ਸਧਾਰਨ ਲੋਕਾਂ ਨੂੰ ਸ਼ਹਿਰ ਜਾਣਾ ਪੈਂਦਾ ਸੀ। ਰਸਤੇ ਵਿੱਚ ਦਰਿਆ ਪੈਂਦੇ ਸਨ। ਆਸਾਨ ਤਰੀਕਾ ਇਹੋ ਸੀ ਵੀ ਕੌਣ ਬੇੜੀਆਂ ਨੂੰ ਕਿਸ਼ਤੀਆਂ ਨੂੰ ਸਾਂਭੇ, ਸਦਾ ਇੰਤਜ਼ਾਮ ਕਰੇ। ਤੁਰਹਾ ਬੜਾ ਆਸਾਨੀ ਨਾਲ ਬਚ ਜਾਂਦਾ, ਉਹ ਪਾਰਲੇ ਕਿਨਾਰੇ ਲੈ ਜਾਂਦਾ, ਉਧਰੋਂ ਸਮਾਨ ਵੀ ਲੱਦਦੇ, ਆਪ ਵੀ ਬੈਠਦੇ, ਮੁੜ ਵਾਪਸ ਆਪਣੇ ਕਿਨਾਰੇ ਵੱਲ ਆ ਜਾਂਦੇ। ਹੁਣ ਇੱਥੇ ਲਫ਼ਜ਼ ਤੁਰਹਾ ਆਇਆ। ਦੋ ਤਿੰਨ ਚੀਜ਼ਾਂ ਜਿਹੜੀਆਂ ਮੈਂ ਤੁਹਾਡੇ ਨਾਲ ਗੁਰਬਾਣੀ ਦੇ ਵਿਆਕਰਨ ਮੁਤਾਬਕ ਸਾਂਝੀਆਂ ਕਰਨੀਆਂ ਚਾਹੁੰਦਾ। ਧਰਮ ਦੇ ਖੇਤਰ ਵਿੱਚ ਇੱਕ ਗੱਲ ਬੜੀ ਪ੍ਰਚਲਿਤ ਕਰ ਦਿੱਤੀ ਗਈ ਕਿ ਜਦੋਂ ਜੀਵ ਮਰਦਾ ਜਾਂਦਾ ਉਦੋਂ ਰਸਤੇ ਵਿੱਚ ਬੈਤਰਨੀ ਨਦੀ ਆਉਂਦੀ ਹੈ। ਸੰਪਰਦਾਇ ਲੋਕ ਇਹ ਗੱਲਾਂ ਆਮ ਕਰਦੇ ਸਨ, ਬੈਤਰਨੀ ਨਦੀ ਆਉਂਦੀ ਹੈ। ਹਿੰਦੂਇਜ਼ਮ ਦੇ ਮੁਤਾਬਕ ਹੋਰ ਕਨਫਿਊਜ਼ ਕਰਨ ਵਾਸਤੇ ਉਹ ਕਹਿੰਦੇ ਸਨ ਗਊ ਦਾਨ ਕਿਉਂ ਕਰੋ। ਬ੍ਰਾਹਮਣ ਕਹਿੰਦਾ ਸੀ ਗਊ ਦਾਨ ਕਿਉਂ ਕਰੋ, ਫਾਇਦਾ ਇਹ ਹੈ ਕਿ ਜਦੋਂ ਤੁਹਾਨੂੰ ਤੁਸੀਂ ਬੈਤਰਨੀ ਨਦੀ ਦੇ ਕਿਨਾਰੇ ਤੇ ਪੁੱਜੋਗੇ, ਪਾਰ ਲੰਘਣਾ ਹੋਏਗਾ, ਡੁੱਬਣ ਦਾ ਡਰ ਹੋਏਗਾ, ਉਸ ਵਕਤ ਗਊ ਜਿਹੜੀ ਤੁਸੀਂ ਦਾਨ ਕੀਤੀ ਹੋਏਗੀ ਉਸ ਨਦੀ ਤੋਂ ਤੁਹਾਨੂੰ ਪਾਰ ਕਰੇਗੀ, ਉਹਦੀ ਪੂਛ ਫੜ ਕੇ ਤੁਸੀਂ ਆਰਾਮ ਨਾਲ ਬਿਨਾਂ ਡੁੱਬਣ ਦੇ ਡਰ ਤੋਂ ਪਾਰ ਲੱਗ ਜਾਓਗੇ। ਬ੍ਰਾਹਮਣਿਜ਼ਮ ਇਸ ਕਿਸਮ ਦੀ ਕਹਾਣੀ ਹੈ। ਅਸੀਂ ਨਤੀਜਾ ਨਿਕਲਿਆ ਉਸ ਪ੍ਰਭਾਵ ਥੱਲੇ ਆਮ ਗੱਲ ਦੇ ਅਰਥ ਬਦਲ ਲਏ, ਕਿਉਂਕਿ ਸ਼ਬਦਾਵਲੀ ਇੱਥੇ ਵੀ ਇਹ ਆ ਗਈ ਕਿ ਕੋਈ ਪਾਰ ਲੰਘਣਾ। ਉਹ ਕਹਿੰਦਾ ਸੀ ਬੈਤਰਨੀ ਨਦੀ ਜਿਹੜੀ ਮਰਨ ਤੋਂ ਬਾਅਦ ਪਾਰ ਲੰਘਣ ਦਾ ਸਵਾਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇੱਕ ਸ਼ਬਦ ਹੈ, ਇੱਕ ਸਲੋਕ ਹੈ, ਉਹ ਬੜਾ ਪ੍ਰਚਲਿਤ ਹੋ ਗਿਆ। ਇਸ ਗੱਲ ਨੂੰ ਬਾਖੂਬੀ ਨਿਭਾਉਣ ਲਈ ਗੁਰੂ ਕਹਿੰਦੇ ਨੇ ਸੰਗਤ ਕੋਈ ਗਊ ਹੈ। ਗੁਰਬਾਣੀ ਗੁਰਮਤਿ ਜਿਹੜੀ ਹੈ ਕਿੰਨੀ ਲੌਜਿਕਤਾ ਦਿੰਦੀ ਹੈ, ਕੀਤੀ ਹੋਈ ਦਾਨ ਗਊ, ਮਰਨ ਤੋਂ ਬਾਅਦ ਜੇ ਕਿਸੇ ਨਦੀ ਚੋਂ ਪਾਰ ਕਰਨਾ ਜੀਵ ਨੇ, ਪਹਿਲਾਂ ਤਾਂ ਮਰਨ ਤੋਂ ਬਾਅਦ ਸਰੀਰ ਨੇ ਨਾਲ ਜਾਣਾ ਨਹੀਂ, ਡੁੱਬਣਾ ਕਿੰਨੇ, ਡੁੱਬਦਾ ਹਮੇਸ਼ਾ ਸਰੀਰ ਹੈ।
ਸਰੀਰ ਨੇ ਨਾਲ ਨਹੀਂ ਹੋਣਾ ਕਿਉਂਕਿ ਜਦੋਂ ਮਨ ਚਲਾ ਜਾਂਦਾ ਜੀਵ ਚਲਾ ਜਾਂਦਾ ਉਦੋਂ ਆਤਮਾ ਅਤੇ ਸਰੀਰ ਵੱਖ ਹੋ ਜਾਂਦੇ ਨੇ ਸਰੀਰ ਇੱਥੇ ਹੀ ਰਹਿ ਜਾਂਦਾ ਉਸ ਨੂੰ ਆਪ ਮਿਲੇ ਲਾਉਣੇ ਤੇ ਫਿਰ ਉਸ ਗਊ ਨੇ ਕਿਹਨੂੰ ਪਾਰ ਕਰਨਾ ਪਰ ਗੁਰੂ ਲਾਜਿਕਤਾ ਦਿੰਦਾ ਗੁਰੂ ਕਹਿੰਦਾ ਮੈਂ ਆਪਣੇ ਜੀਵਨ ਵਿੱਚ ਗਿਆਨ ਨੂੰ ਸਮਝ ਨਹੀਂ ਸਕਿਆ ਗੁਰਮਤ ਨੂੰ ਸਮਝ ਨਹੀਂ ਸਕਿਆ ਆਪਣੇ ਜੀਵਨ ਦੀ ਨਿਰਮਲ ਕਰਨੀ ਚੰਗੇ ਕਰਮ ਕਰ ਨਹੀਂ ਸਕਿਆ ਬਖਸ਼ਿਸ਼ ਕਰ ਹੇ ਮੇਰੇ ਮਾਲਕ ਮੈਨੂੰ ਕਿਸੇ ਗਊ ਦੀ ਉਡੀਕ ਨਾ ਕਰਨੀ ਪਵੇ ਜਿਹੜੀ ਮਰਨ ਤੋਂ ਬਾਅਦ ਮੈਨੂੰ ਪਾਰ ਕਰੇ ਮੈਨੂੰ ਤੂੰ ਇੱਥੇ ਸਾਧ ਸੰਗਤ ਦਾ ਪੱਲਾ ਫੜਾ ਦੇ ਸਾਧ ਸੰਗਤ ਤਾਂ ਜਿਉਂਦਿਆਂ ਦਾ ਮਕਸਦ ਹੈ ਮਰਨ ਤੋਂ ਬਾਅਦ ਸਾਧ ਸੰਗਤ ਵਿੱਚ ਕਿੰਨੇ ਆਉਣਾ ਤੇ ਕਿੰਨੇ ਲਿਆਉਣਾ ਕਹਿਣ ਲੱਗੇ ਮੈਨੂੰ ਸਾਧ ਸੰਗਤ ਦਾ ਪੱਲਾ ਫੜਾ ਦੇ ਤਾਂ ਕਿ ਮੈਂ ਉਸ ਔਖੀ ਨਦੀ ਵਿਖਮ ਨਦੀ ਤੋਂ ਤਰ ਸਕਾਂ ਲਓ ਇੱਥੋਂ ਆਪਾਂ ਇਸ ਸ਼ਬਦ ਨੂੰ ਜ਼ਰਾ ਚੰਗੀ ਤਰ੍ਹਾਂ ਸਮਝ ਲੈ ਵਿਖਮ ਨਦੀ ਤੋਂ ਪਾਰ ਹੋ ਸਕਾਂ ਆਗੇ ਕੋ ਅਗਲਾ ਮੈਂ ਅਰਜ਼ ਕੀਤੀ ਸੀ ਦਰਿਆ ਦੇ ਦੋ ਕਿਨਾਰੇ ਹੁੰਦੇ ਨੇ ਇੱਕ ਨੂੰ ਅਸੀਂ ਕਹਿੰਦੇ ਹਾਂ ਉਰਾਰ ਦਾ ਕਿਨਾਰਾ ਇੱਕ ਨੂੰ ਕਹਿੰਦੇ ਹਾਂ ਪਾਰ ਦਾ ਕਿਨਾਰਾ ਪਰ ਕਦੀ ਖਿਆਲ ਕਰਿਓ ਆਰ ਜਾਂ ਪਾਰ ਦੇ ਦੋ ਕਿਨਾਰੇ ਜਿਹੜੇ ਨੇ ਉਹਨਾਂ ਦੇ ਨਾਂ ਨਿਸ਼ਚਿਤ ਨਹੀਂ ਨਿਸ਼ਚਿਤ ਨਹੀਂ ਆਪਾਂ ਜਿਉਂ ਜਿਉਂ ਸਮਝੀ ਗੁਰਬਾਣੀ ਨੂੰ ਬੜਾ ਸਵਾਦ ਆਉਂਦਾ ਹੈ ਨਿਸ਼ਚਿਤ ਨਹੀਂ ਜਿਹੜੇ ਕਿਨਾਰੇ ਅਸੀਂ ਖੜੇ ਹੋਈਏ ਉਹਨੂੰ ਅਸੀਂ ਉਰਾਰ ਦਾ ਕਿਨਾਰਾ ਆਖੀਏ ਸਾਡੇ ਕੋਲ ਕੋਈ ਪੁੱਛੇ ਪਾਰ ਦਾ ਕਿਨਾਰਾ ਕਿਹੜਾ ਹੈ ਅਸੀਂ ਆਖਾਂਗੇ ਹੱਥ ਕਰਦੇ ਉਹ ਅੱਗੇ ਜਿਹੜਾ ਸਾਹਮਣੇ ਪਿਆ ਨਜ਼ਰ ਆਉਂਦਾ ਨਾ ਉਹ ਪਾਰ ਦਾ ਕਿਨਾਰਾ ਤੇ ਜੇ ਭਲਾ ਅਸੀਂ ਉੱਧਰ ਹੀ ਖੜੇ ਹੋਈਏ ਤੇ ਸਾਨੂੰ ਕੋਈ ਪੁੱਛੇ ਉਰਾਰ ਦਾ ਕਿਹੜਾ ਹੈ ਪਰਾਰ ਦਾ ਅਸੀਂ ਆਖਾਂਗੇ ਜਿੱਥੇ ਅਸੀਂ ਖੜੇ ਹਾਂ ਉਰਾਰ ਦਾ ਉਹ ਜਿਹੜਾ ਪਰਾ ਹੈ ਨਾ ਦੂਰ ਹੈ ਉਹਨੂੰ ਪਾਰ ਦਾ ਕਿਨਾਰਾ ਇਹਦਾ ਮਤਲਬ ਆਰ ਪਾਰ ਦਾ ਕਿਨਾਰਾ ਕੋਈ ਨਿਸ਼ਚਿਤ ਨਹੀਂ ਸਾਡੇ ਖਲੋਣ ਦਾ ਤੇ ਸਾਡੇ ਜਾਣ ਦਾ ਇੱਕ ਪ੍ਰਤੀਕ ਹੈ ਜਿਹੜਾ ਅੱਗੇ ਹੈ ਸਾਹਮਣੇ ਹੈ ਉਹ ਸਾਡਾ ਪਾਰਲਾ ਕਿਨਾਰਾ ਹੈ ਹੁਣ ਮਸਲਾ ਇਹ ਹੈ ਕਿ ਉਹ ਨਦੀ ਜਿਹਦੇ ਵਿੱਚ ਤਲਫ ਹੋਣੇ ਆਏ ਨੇ ਪਤਾ ਨਹੀਂ ਕਿਹੜੀ ਖੋਜ ਨਾਲ ਰੱਖੀ ਗਈ ਹੈ ਮਨੁੱਖ ਜਨਮ ਲੈਂਦਾ ਕਹਿੰਦਾ ਮਤਲਬ ਸੰਸਾਰ ਹੀ ਇੱਕ ਸਾਗਰ ਹੈ ਸੰਸਾਰ ਹੀ ਇੱਕ ਨਦੀ ਹੈ ਕਿਉਂਕਿ ਅਸੀਂ ਇੱਥੇ ਆ ਕੇ ਜਨਮ ਲਿਆ ਨਾ ਇਹਦੇ ਵਿੱਚ
ਹੀ ਲਹਿਰਾਂ ਉੱਠਦੀਆਂ ਨੇ, ਇਹਦੇ ਵਿੱਚ ਹੀ ਮਨੁੱਖ ਡੁੱਬਦਾ ਤੇ ਇਸ ਸੰਸਾਰ ਸਮੁੰਦਰ ਤੋਂ ਹੀ ਪਾਰ ਹੋਣ ਦਾ ਮਸਲਾ। ਕਿਸੇ ਹੋਰ ਦਰਗਾਹ ਵਿੱਚ ਜਾਂਦਿਆਂ ਕਿਸੇ ਨਦੀ ਵਿੱਚੋਂ ਪਾਰ ਹੋਣ ਦਾ ਨਹੀਂ। ਗੁਰਬਾਣੀ ਨੇ ਇੱਕ ਇੱਕ ਚੀਜ਼ ਨੂੰ ਸਪਸ਼ਟ ਕੀਤਾ। ਗੁਰੂ ਕਹਿੰਦੇ ਸੰਸਾਰ ਸਮੁੰਦਰ ਵਿੱਚ ਲੋਭ ਦੀਆਂ ਲਹਿਰਾਂ ਉੱਠਦੀਆਂ ਨੇ, ਜਿਹਦੇ ਵਿੱਚ ਮਨੁੱਖ ਗਰਕ ਹੋ ਜਾਂਦਾ ਤੇ ਡੁੱਬਦੀ ਕੀ ਹੈ ਕਾਇਆ। ਹੁਣ ਜਦੋਂ ਦਰਗਾਹ ਵਿੱਚ ਜਾਣ ਦਾ ਮਸਲਾ ਹੋਵੇ, ਉੱਥੇ ਤੇ ਕਾਇਆ ਨਾਲ ਨਹੀਂ ਹੁੰਦੀ, ਕਾਇਆ ਡੁੱਬੇ। ਕਹਿਣ ਲੱਗੇ ਲੋਭ ਦੀਆਂ ਲਹਿਰਾਂ ਵਿੱਚ ਕਾਇਆ ਡੁੱਬ ਰਹੀ ਹੈ, ਭਾਵ ਇਹ ਜਨਮ ਜਿਹੜਾ ਭਾਵ ਜਲ ਹੈ, ਜਿਹਨੇ ਜਨਮ ਲਿਆ ਹੈ ਇਹ ਸਰੀਰ ਜੀਵਨ ਜਿਹੜਾ ਹੈ ਉਹ ਆਪਣਾ ਸਾਰਾ ਕੁਝ ਇੱਥੇ ਹੀ ਬਰਬਾਦ ਕਰ ਰਿਹਾ ਹੈ ਲੋਭ ਦੀਆਂ ਲਹਿਰਾਂ ਵਿੱਚ। ਕਹਿਣ ਲੱਗੇ ਲੋਭ ਲਹਿਰ ਅਤ ਨੀ ਜਦੋਂ ਵਾਜੇ ਕਾਇਆ ਡੁੱਬੇ ਕੇ ਸੁਹਾ। ਕਾਇਆ ਕਿਹਦੇ ਵਿੱਚ ਡੁੱਬ ਰਹੀ? ਕਹਿਣ ਲੱਗੇ ਸੰਸਾਰ ਸਮੁੰਦਰ। ਕਿਹੜਾ ਸਪਸ਼ਟ ਹੈ? ਕਿਸੇ ਬੇਤਰਨੀ ਨਦੀ ਦਾ ਮਸਲਾ ਨਹੀਂ, ਕਿਸੇ ਮਰਨ ਤੋਂ ਬਾਅਦ ਦਰਿਆ ਪਾਰ ਕਰਨ ਦਾ ਮਸਲਾ ਨਹੀਂ। ਕਹਿਣ ਲੱਗੇ ਸੰਸਾਰ ਸਮੁੰਦਰ, ਸੰਸਾਰ ਹੀ ਇੱਕ ਸਮੁੰਦਰ ਹੈ, ਇਹਦੇ ਵਿੱਚ ਹੀ ਲੋਭ ਦੀਆਂ ਲਹਿਰਾਂ ਨੇ, ਇਹਦੇ ਵਿੱਚ ਹੀ ਜੀਵਨ ਡੁੱਬ ਰਿਹਾ, ਇਹਦਾ ਨਾਂ ਹੀ ਭਗਜਲ ਹੈ, ਕਿਉਂਕਿ ਮੈਂ ਇਸ ਸੰਸਾਰ ਵਿੱਚ ਆ ਕੇ ਜਨਮ ਲਿਆ, ਮੈਂ ਇਹਦੇ ਵਿੱਚੋਂ ਤਰਨ ਦੀ ਗੱਲ ਕਰ ਰਿਹਾ। ਤੇ ਸੰਸਾਰ ਨੂੰ ਇੱਕ ਪਾਸੇ ਰੱਖ ਕੇ ਜਿਹੜਾ ਝੂਠ ਹੈ ਆਪਣੀ ਰਸਨਾ ਤੋਂ, ਗੁਰਬਾਣੀ ਅੰਦਰ ਇੱਕ ਥਾਂ ਤੇ ਨਹੀਂ ਅਨੇਕਾਂ ਥਾਵਾਂ ਆਖਿਆ। ਕਹਿਣ ਲੱਗੇ ਖੂਬ 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 ਤੇਰੋ ਨਾਮ ਪੰਜ ਵਾਰ ਆਖਿਆ, ਖੂਬ 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 ਤੇਰੋ ਨਾਮ। ਤੇ ਅਗਲੇ ਪਾਸੇ ਕੀ ਕਹਿਣ ਲੱਗੇ? ਸੰਸਾਰ ਕੀ ਹੈ? ਝੂਠ 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 ਦੁਨੀ ਗੁਮਾਨ। ਸਪਸ਼ਟ ਕਰ, ਸੰਸਾਰ ਜਿਹੜਾ ਝੂਠ ਹੈ, ਤੇ ਇਸ ਝੂਠ ਸੰਸਾਰ ਤੋਂ ਪਾਰ ਹੋਣਾ ਹੈ, ਇਹ ਮੈਨੂੰ ਡੋਬ ਨਾ ਸਕੇ, ਉਹਨੂੰ ਕਹਿੰਦੇ ਨੇ ਅਗਲਾ ਕਿਨਾਰਾ, ਉਹਨੂੰ ਕਹਿੰਦੇ ਨੇ ਪਾਰਲਾ ਕਿਨਾਰਾ। ਗੁਰੂ ਨੇ ਐਵੇਂ ਨਹੀਂ ਆਖਿਆ। ਤੁਰਹਾ ਬਣਨਾ ਸੀ, ਲਓ ਆ ਹੈ ਤੁਰਹਾ ਬਣਨਾ। ਕਹਿਣ ਲੱਗੇ ਆਗੇ ਕੋ ਪਾਰਲੇ ਕਿਨਾਰੇ ਵੱਲ ਵਧਣ ਵਾਸਤੇ, ਸੰਸਾਰ ਸਮੁੰਦਰ ਦੀਆਂ ਲੋਭ ਦੀਆਂ ਲਹਿਰਾਂ ਤੋਂ ਬਚ ਕੇ ਅਗਲੇ ਕਿਨਾਰੇ ਤੱਕ ਪਹੁੰਚਣ ਲਈ ਕੋਈ ਤੁਰਹਾ ਬਣੇ? ਕਹਿੰਦੇ ਸਹਾਰੇ ਪਾਰ ਹੋਏਗਾ, ਮਨ ਨੂੰ ਮੁਖਾਤਬ ਕਰਦੇ ਨੇ, ਮਨ ਨੂੰ ਮੁਖਾਤਬ ਕਰਦੀ ਹੈ, ਕਹਿੰਦੇ ਸਾਰੇ ਪਾਰੋ ਨੇ ਡੋਗਰੇ। ਹੁਣ ਇੱਥੋਂ ਸਵਾਲ ਹੁੰਦਾ ਹੈ ਸ਼ਬਦ ਦਾ ਆਰੰਭ। ਕਹਿਣ ਲੱਗੀ ਤੈਨੂੰ ਸਹਾਰੇ ਦੀ ਲੋੜ ਹੈ ਨਾ, ਮਨ ਨੂੰ ਵੀ ਸਹਾਰੇ ਦੀ ਲੋੜ ਹੈ। ਜਿੰਨਾ ਕੋਈ ਮਹਾਨ ਕੰਮ ਦੀ ਚੀਜ਼ ਹੋਵੇ ਨਾ, ਜਿੰਨੇ ਕੰਮ ਕਿਸੇ ਤੇ ਨਿਰਭਰ ਜ਼ਿਆਦਾ ਹੋਣ ਦੀ ਵੈਲਿਊ ਹੋ ਜਾਂਦੀ, ਤੇ ਦੁਨੀਆਂ ਅੰਦਰ ਇਹੋ ਜਿਹੀ ਵੈਲਿਊਬਲ ਸ਼ਕਤੀ ਜਿਹੜੀ ਹੈ ਉਹਨੂੰ ਹਰ ਕੋਈ ਚਾਹੁੰਦਾ ਹੈ ਕਿ ਮੇਰੇ ਨਾਲ ਜੁੜੇ, ਮੇਰੇ ਅਧੀਨ ਹੋਵੇ। ਤੇ ਅਧੀਨ ਮਨੁੱਖ ਉਦੋਂ ਹੀ ਹੁੰਦਾ ਜਦੋਂ ਕਿਸੇ ਦੀ ਜ਼ਰੂਰਤ ਹੋਵੇ, ਸਹਾਰੇ ਦੀ ਲੋੜ ਹੋਵੇ। ਹੁਣ ਮਨ ਜਿਹੜਾ ਸੀ ਇਹਨੂੰ ਵੀ ਸਹਾਰੇ ਦੀ ਲੋੜ ਸੀ, ਹੈ ਸੀ ਬੜਾ ਕੰਮ ਦਾ, ਦੁਨੀਆਂ ਦਾ ਕੋਈ ਕੰਮ ਮਨ ਬਿਨਾਂ ਨਹੀਂ ਹੁੰਦਾ, ਹਰ ਥਾਂ ਤੇ ਮਨ ਦੀ ਲੋੜ ਹੈ। ਮਨ ਬੜੀ ਕੰਮ ਦੀ ਚੀਜ਼ ਸੀ ਤੇ ਇਹਦੀ ਮਜਬੂਰੀ ਇਹ ਹੋ ਗਈ ਕਿ ਇਹਨੂੰ ਕਿਸੇ ਸਹਾਰੇ ਦੀ ਲੋੜ ਹੈ। ਹੁਣ
शैतान ने भी आके मन ते पट्टू पाए भी किसी तरह मन मेरे अधीन हो जाए ते ताकि मैं अपनी शैतानियत इन्हें राही वरत सका। जो मन शैतान के अधीन हो जाते हैं शैतानियत अंदर आ जाती है, इंसानियत चली जाती है, मनुख का सुभा आदत उस किस्म की हो जाती है। पर होता उद जो सहारा कितों मिलता हो कह लगे हे मन तेनू सहारे की लोड़ है ना। हाँ कहना मेरे को सहारे हैं। लो आ फर्क की है। कह लगे मेरे को तीन सहारे ने। इस शब्द में तीन सहारिया का जिक्र है। कहने कई बार शब्द बड़े प्रचलित होते हैं तो पढ़ते चले जाने एक बार नहीं कई कई बार पढ़े होते हैं पर जो शब्द की विचार जाने हैरान हो जाएगा कि कुछ लिखा हुआ है। इन तीन सहारिया का जिक्र है जिन्हों के आसरे सहारे मन होमे बैठा मैं की फिक्र है। आ भी मेरा सहारा, आ भी मेरा सहारा, आ भी मेरा सहारा। मेरे सहायक ने जिंदे सहायक बहुते होना ही हंकारी होंगे ओना ही बेफिक्र होंगे। कह लगे मन भी हंकारी क्यों होया क्योंकि इनका ख्याल सी ये तीन सहारे जेडे ने ये मेरे को ने। पहला सहारा परिवार का संसार का भाईचारे का दुनिया का सारे लोग मेरे दुआले ने हर कोई मेरी खुशामद करता है हर कोई मेरा हुक्म मनता है मेरे नाल तुरता है। मैं इन्हें भाईचारे का हिस्सेदार हाँ मैनू की फिक्र है मैनू किसी की की परवाह। पहला एक सहारा। अगला सहारा होता है कई बार किसी को भाईचारे का सहारा नहीं होता तो वो अपनी लोड़ भी नहीं प्रतीत करता। कोई उन्होंने कहना भी तेरे नाल कोई नहीं कहता कोई होवे ना मैं किसी को रोक ही लेना आ एक लफ्ज आम करके होता है नहीं को मेरे नाल तुरदा ते ना सी मैं किसी को रोकी लैना। पर यह गल वह कहता जिन्हें किसी को कुछ लैन की आस ना जिहड़ा दौलतमंद हो गया जिंदे को तन हो दूजा सहारा। पहला सहारा परिवार का भाईचारे का उस तो अगला सहारा तन का दौलत का जिंदे को तन है वह भी किसी की परवाह नहीं करता। वह कहना ना सी मेरे नाल कोई नहीं तुरदा ते ना सी मेरे को दौलत है मैं किसी को रोकी लैना उतरदा सहारा। ते कई बार भाईचारे का सहारा भी नहीं होता धन भी कोल कोई नहीं होता पर तन तंदुरुस्त होता मनुख जवान होता जोबन होता ते जिहड़ा जवानी ते जोबन का सहारा है ना वह भी बड़ी वड्डी चौधरी कहिंदा कोई नहीं मैं कमा लवांगा। कई बार धन चला जाता है घाटे पै जाते कहिंदा कोई नहीं कमा लवांगा। अगला सहारा तन का जिसम का शरीर का। ये तीन सहारे ने मन को जिन्हों के सहारे आसरे मन हंकारी है। पर हुण आओ इस बाबा कबीर जी के शब्द बारे तिना सहारियां नूं सामने रख के मन नाल एक गल करदे कहिंदे ने मैं तेनों एक गल समझावा ये तीनों सहारे जड़े ने ना ये तेरे काम आने वाले नहीं। तेरे काम आने वाला सहारा एको ही सी जे हरी रब तेरा सहायक होंदा। हर बिन कौन सहाई मन का ये मन ये तीनों सहारिया ते मन ना करी तेरा भाईचारा बहुत बड़ा है तेरे को दौलत बहुत है तेरा तन बड़ा तंदुरुस्त है जोबन है शक्ति है ये तीनों सहारे ने ना मनुख को कह लगे ना तीनों सहारे ते मन ना करी जे
ਰੱਬ ਦੀ ਪ੍ਰਭੂ ਦੀ ਰਹਿਮਤ ਨਾ ਹੋਵੇ, ਉਹ ਸਹਾਇਕ ਨਾ ਹੋਵੇ ਤੇ ਤੈਨੂੰ ਸਹਾਰੇ ਕੁਝ ਨਹੀਂ ਪਾ। ਪਿਛਲੇ ਸ਼ੁੱਕਰਵਾਰ ਵੀ ਇੱਕ ਸ਼ਬਦ ਆਇਆ ਸੀ, ਫਰਾਈਡੇ ਪਿਛਲੇ ਇੱਕ ਸ਼ਬਦ ਸੀ ਜਿਹਦੇ ਵਿੱਚ ਸਮ ਸਹਾਈ ਹੁੰਦੀ, ਉਹ ਸਹਾਇਤਾ ਹੁੰਦੀ ਵੱਡੀ ਹੋਈ। ਸ਼ਕਤੀ ਸਮਰੱਥਾ ਉਹਦੀ ਵੱਡੀ ਹੋਈ। ਜੇ ਤੂੰ ਧਨ ਦਾ ਅਭਿਮਾਨ ਕਰੇ ਵੀ ਮੇਰੇ ਕੋਲ ਹੈ, ਕਹਿਣ ਲੱਗੇ ਉਹ ਤੇ ਭਿਖਾਰੀ ਨੂੰ ਰਾਜਾ ਤੇ ਰਾਜਾ ਨੂੰ ਭਿਖਾਰੀ ਬਣਾ ਸਕਦਾ। ਆਪਾਂ ਸਿਰਿਆਸਾ ਜੀ ਦੀ ਵਾਰ ਦੀ ਪੌੜੀ ਵੀ ਪੜ੍ਹਨੇ ਆ, ਨਦਰੋ ਪੱਠੀ ਜੇ ਕਰੇ, ਨਦਰੋ ਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਉਣ ਦਾ, ਵੱਡੇ ਵੱਡੇ ਬਾਦਸ਼ਾਹ ਕਾਈ ਬਣ ਜਾਂਦੇ ਨੇ। ਇਸ ਲਈ ਹੈ ਭਲਿਆ, ਹੇ ਮਨ ਮੈਂ ਤੈਨੂੰ ਇਹ ਸਮਝਾਉਣਾ ਚਾਹੁੰਦਾ ਵੀ ਤੂੰ ਇਹ ਤਿੰਨ ਚੀਜ਼ਾਂ ਤੇ ਜਿਹੜਾ ਆਸਰਾ ਸਹਾਇਤਾ ਦਾ ਸਹਾਇਕ ਹੋਣ ਦਾ ਦਾਵਾ ਕਰਨਾ ਹੈ ਨਾ ਵੀ ਮੇਰਾ ਭਾਈਚਾਰਾ ਬਹੁਤ, ਮੇਰੇ ਕੋਲ ਦੌਲਤ ਬਹੁਤ, ਮੇਰਾ ਤਨ ਬੜਾ ਤੰਦਰੁਸਤ। ਕਹਿਣ ਲੱਗੇ ਨਹੀਂ, ਇਹ ਤੇਰੇ ਸਹਾਇਕ ਨਹੀਂ ਬਲਕਿ ਕਦੀ ਵਿਸ਼ਵਾਸ ਕਰ। ਬਾਬਾ ਕਬੀਰ ਕਹਿੰਦੇ ਨੇ ਜਿਹੜੇ ਸਹਾਇਕ ਨੇ ਉਹਨਾਂ ਦਾ ਜ਼ਿਕਰ ਕਰਦੇ ਨੇ। ਮਾਤ ਪਿਤਾ ਪਹਿਲਾ ਭਾਈਚਾਰੇ ਦਾ, ਮਾਤ ਪਿਤਾ ਭਾਈ ਸੁੱਤ ਬਣਤਾ, ਮਾਤਾ ਪਿਤਾ ਭਰਾ ਸੁੱਤ ਤੋਂ ਭਾਵ ਪੁੱਤਰ ਧੀਆਂ, ਬਣਤਾ ਤੋਂ ਭਾਵ ਇਸਤਰੀ ਪਤਨੀ। ਕਹਿਣ ਲੱਗੇ ਹਿੱਤ ਲਾਗੋ, ਇਹ ਤੈਨੂੰ ਮਹਿਸੂਸ ਹੁੰਦਾ ਕਿ ਮੇਰੇ ਨਾਲ ਹਿੱਤ ਕਰਦੇ ਨੇ, ਪਰ ਇਹ ਬਣਤਾ ਧੋਖੇ ਦਾ ਹਿੱਤ ਹੈ। ਜਿੰਨੀ ਦੇਰ ਤੂੰ ਜਿਉਂਦਾ ਬੈਠਾ ਤੇਰੇ ਨਾਲ ਹਿੱਤ ਹੈ, ਜਿਸ ਵੇਲੇ ਤੇਰੇ ਵਿੱਚੋਂ ਕਰ ਸਕਣ ਦੀ ਸ਼ਕਤੀ ਚਲੀ ਗਈ, ਇਹ ਇੱਕ ਦੂਜੇ ਤੋਂ ਕਾਹਲੇ ਹੋਣਗੇ ਕਿ ਇਹਨਾਂ ਨੂੰ ਇਸ ਘਰ ਵਿੱਚੋਂ ਕੱਢੋ, ਛੇਤੀ ਸੰਸਕਾਰ ਹੋ ਜਾਏ। ਇੱਕ ਫਣ ਇਹ ਹਿੱਤ ਜਿਹੜਾ ਹੈ, ਇੱਕ ਧੋਖਾ ਹੈ। ਕਹਿਣ ਲੱਗੀ ਦਿਖਾਵਾ ਜਿਹੜਾ ਪਿਆਰ ਦਾ, ਇੱਕ ਫਨ ਹੈ ਧੋਖਾ। ਹੁਣ ਅੱਗੇ ਜਾ ਕੇ ਕੀ ਕਹਿੰਦੇ ਨੇ, ਕਹਿੰਦੇ ਨੇ ਦੂਜਾ ਤੇਰੇ ਕੋਲ ਸਹਾਰਾ ਹੈ ਧਨ ਦਾ। ਅਹੰਕਾਰ ਹੈ ਕਿ ਮੇਰੇ ਕੋਲ ਦੌਲਤ ਤਾਂ ਮੈਨੂੰ ਕਿਸੇ ਦੀ ਕੀ ਪਰਵਾਹ ਹੈ। ਕਹਿਣ ਲੱਗੇ ਇਸ ਧਨ ਦਾ ਵੀ ਪ੍ਰਵਾਸਾ ਨਾ ਕਰ, ਪਤਾ ਨਹੀਂ ਲੱਗਦਾ ਕਿਸ ਵਕਤ ਆਉਂਦਾ ਹੈ ਕਿਸ ਵਕਤ ਚਲਾ ਜਾਂਦਾ ਹੈ, ਆਉਂਦਾ ਚਲਾ ਜਾਂਦਾ। ਮੈਂ ਤੇ ਕਈ ਵਾਰ ਕਿਹਾ ਹੁਣ ਦੀਵਾਲੀ ਨੇੜੇ ਆ ਗਈ, ਮੈਂ
ਮੈਂ ਕਹਿੰਦਾ ਉਹਨੇ ਕਈ ਵਾਰੀ ਵੀ ਪ੍ਰਚਲਿਤ ਜਿਹੀ ਗੱਲ ਹੈ ਵੀ ਰਾਤ ਨੂੰ ਦੀਵਾ ਜਗਾ ਕੇ ਦਰਵਾਜ਼ੇ 'ਚ ਰੱਖੋ ਕਿਉਂਕਿ ਲਕਸ਼ਮੀ ਨੇ ਆਉਣਾ, ਕਿਤੇ ਅੰਧੇਰਾ ਨਾ ਹੋਵੇ, ਅੰਦਰੋਂ ਵਾਪਸ ਨਾ ਮੁੜ ਜਾਏ। ਇਸ ਲਈ ਦੀਵਾ ਜਗਾ ਕੇ ਰੱਖੋ, ਰਾਤ ਨੂੰ ਲਕਸ਼ਮੀ ਆਵੇਗੀ। ਜੇ ਦੀਵਾ ਨਾ ਜਗਦਾ ਹੋਇਆ ਮਾਂ ਤੋਂ ਉਹ ਘਰ ਨਾ ਪਛਾਣ ਸਕੇ, ਵਾਪਸ ਨਾ ਮੁੜ ਜਾਏ। ਕਹਿਣ ਲੱਗੇ ਇਸ ਦੌਲਤ ਤੇ ਧਨ ਤੇ ਸਹਾਰੇ, ਇਹਨੂੰ ਸਹਾਇਕ ਨਾ ਸਮਝ। ਤੀਜੇ ਸਹਾਰੇ ਦੀ ਗੱਲ ਆ ਗਈ। ਪਹਿਲਾ ਸੀ ਪਰਿਵਾਰਕ ਸਹਾਰਾ, ਸਮਾਜਿਕ ਸਹਾਰਾ, ਦੂਜਾ ਸੀ ਧਨ ਦਾ ਦੌਲਤ ਦਾ ਸਹਾਰਾ, ਤੇ ਤੀਜਾ ਸੀ ਆਪਣੀ ਜਵਾਨੀ ਜੋਬਨ ਤੰਦਰੁਸਤੀ ਦਾ ਸਹਾਰਾ, ਬਲ ਦਾ ਸਹਾਰਾ। ਕਹਿਣ ਲੱਗੇ ਕੱਚਾ ਕੜਾ ਹੈ ਤੇ ਪਾਣੀ ਦੇ ਵਿੱਚ ਰੱਖਿਆ ਹੋਇਆ। ਹੁਣ ਪਾਣੀ ਦੇ ਵਿੱਚ ਕੱਚਾ ਕੜਾ ਰੱਖੋਗੇ ਕਿੰਨੀ ਕੁ ਦੇਰ? ਸ੍ਰੀ ਗੁਰੂ ਸਾਹਿਬ ਅੰਦਰ ਹੋਸ਼ੋ ਗੋ ਮਕਬੀਰ ਜੀ ਦੇ ਕਹਿੰਦੇ ਟੱਪ ਟੱਪ ਲੋਏ ਲੋਏ ਹਾਥ ਮਰੋਰੋ, ਉਹ ਸ਼ਬਦ ਹੋ ਰਿਹਾ ਉਹਦੇ ਚ, ਇਹ ਲਫ਼ਜ਼ ਹੈ ਕਿ ਇਹ ਕੱਚਾ ਘੜਾ ਹੈ, ਇਹਦੇ ਵਿੱਚੋਂ ਬੂੰਦ ਬੂੰਦ ਕਰਕੇ ਪਾਣੀ ਸਿਮ ਰਿਹਾ। ਕੱਚੇ ਘੜੇ ਵਿੱਚ ਪਾਣੀ ਪਾ ਕੇ ਰੱਖ ਦਿਓ, ਸਿਮਦਾ ਰਹਿੰਦਾ, ਸਿਮ ਕਿੰਨੀ ਕੁ ਦੇਰ ਰਹੇਗਾ, ਆਖਿਰ ਚਲਾ ਜਾਏਗਾ, ਚਲਾ ਜਾਏਗਾ। ਬਾਬਾ ਕਬੀਰ ਜੀ ਦੇ ਕਹਿਣ ਲੱਗੇ ਦੁਨੀਆਂ ਦੇ ਲੋਕ, ਮੇਰਾ ਜੀਉ ਬੜਾ ਤਰਾ ਰਿਹਾ, ਨਾ ਜਾਣਾ ਕਿਆ ਜਾਣਾ ਕਿਆ ਕਰ ਸੀ ਪੀਓ, ਥਰ ਹਰ ਕੰਪੇ ਬਾਲਾ ਜੀਓ, ਥਰ ਥਰ ਕੰਬ ਰਿਹਾ ਬਾਲਾ ਜੀਓ ਬੱਚਾ, ਨਾ ਜਾਣਾ ਕਿਆ ਕਰ ਸੀ ਪੀਓ, ਰਹਿਣ ਗਈ ਮਤ ਦਿਨ ਵੀ ਜਾਏ, ਭਵਨ ਗਏ ਬਗ ਬੈਠੇ ਆਏ, ਭਵਨ ਨਾਮ ਕਾਲੇ, ਕਾਲਾ ਹੁੰਦਾ ਭਵਨਾ, ਭਾਵ ਕਾਲੇ ਰੋਮ ਚਲੇ ਗਏ, ਜਵਾਨੀ ਦਾ ਪ੍ਰਤੀਕ ਬਗ ਬੈਠੇ ਆਏ, ਬਗਲਾ ਜਿਹੜਾ ਚਿੱਟਾ ਹੁੰਦਾ ਚਿੱਟੇ ਰੋਮ ਆ ਗਏ। ਕਹਿਣ ਲੱਗੇ ਭਵਨ ਗਏ ਬਗ ਬੈਠੇ ਆਏ, ਅਗਲੀ ਲਾਈਨ ਪੜ੍ਹੋ, ਕਾਚੇ ਕਰਵੇ ਰਹੇ ਨਾ ਪਾਣੀ। ਕੱਚੇ ਘੜੇ ਵਿੱਚ ਜੇ ਤੁਸੀਂ ਪਾਣੀ ਰੱਖ ਸਕੋ ਤਾਂ ਕਿੰਨੀ ਕੁ ਦੇਰ ਰੱਖੋਗੇ? ਕਾਚੇ ਕਰਵੇ ਰਹੇ ਨਾ ਪਾਣੀ। ਕਹਿਣ ਲੱਗੇ ਤੀਜੀ ਐਗਜ਼ਾਮਪਲ ਇਹ ਹੈ ਵੀ ਇਹ ਕੱਚਾ ਘੜਾ ਹੈ ਤੇ ਇਹਦੇ ਸਹਾਰੇ, ਇਸ ਤੰਦਰੁਸਤੀ, ਇਸ ਬਲ ਦੇ, ਇਸ ਕਾਇਆ ਦੇ, ਜੋਬਨ ਦੇ ਸਹਾਰੇ ਨੂੰ ਤੂੰ ਬੜਾ ਵੱਡਾ ਸਮਝੀ ਫਿਰਨਾ। ਕਹਿਣ ਲੱਗੇ ਕੱਚੇ ਭਾਂਡੇ ਦਾ ਕੀ ਹੁੰਦਾ, ਜ਼ਰਾ ਇਕੱਠਾ ਕਰਵਾਜੀ ਟੁੱਟ ਗਿਆ। ਕਹਿਣ ਲੱਗੇ ਬਸ ਇਹ ਤੁਸੀਂ ਅੱਜ ਦੇ ਜੀਵਨ ਵਿੱਚ ਅਕਸਰ ਦੇਖ ਰਹੇ ਹੋ, ਪਤਾ ਨਹੀਂ ਜੀਵਨ ਦੇ ਕਿਸ ਪੜਾਅ ਤੇ, ਜਵਾਨੀ ਵਿੱਚ ਜਦੋਂ ਤੰਦਰੁਸਤੀ ਹੋਵੇ, ਹਰ ਤਰ੍ਹਾਂ ਨਾਲ ਸ਼ਕਤੀਸ਼ਾਲੀ ਹੋਵੇ ਤੇ ਕੋਈ ਐਸਾ ਇਸ ਭਾਂਡੇ ਨੂੰ ਠੜਿਕਾ ਵੱਜਦਾ, ਠੌਕਰ ਵੱਜਦੀ, ਟੁੱਟ ਜਾਂਦਾ। ਠੜਿਕਾਂ ਅਸੀਂ ਹੁਣ ਵੀ ਦੇਖਦੇ, ਜਵਾਨ ਚਲੇ ਜਾਂਦੇ ਨੇ ਸਾਡੇ ਵੇਖਦੇ ਹੋਏ। ਤੇ ਬਾਬਾ ਕਬੀਰ ਜੀ ਨੇ ਵੀ ਇਹੋ ਗੱਲ ਆਖੀ, ਕਹਿਣ ਲੱਗੇ ਆਖਰੀ ਲਾਈਨ ਵਿੱਚ ਇਹ ਗੱਲ ਸਮਝਾ ਰਹੇ ਨੇ, ਕਹਿੰਦੇ ਸਗਲ
ਜਾਣੇ ਕਾ ਕਿਰ ਦੇ ਸਾਰਿਆਂ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਤੇ ਸਾਰੇ ਧਰਮ ਕਰਮ ਦਾ ਫਲ ਜਿਹੜਾ ਹੈ ਪੁੰਨ ਜਿਹੜਾ ਹੈ ਉਹ ਤੈਨੂੰ ਪ੍ਰਾਪਤ ਹੋਵੇਗਾ ਜੇ ਤੂੰ ਭਲੇ ਪੁਰਸ਼ਾਂ ਦੀ ਜਿਹੜੀ ਨਿਮਰਤਾ ਵਾਲਾ ਗੁਣ ਹੈ ਉਹ ਆਪਣੇ ਵਿੱਚ ਧਾਰਨ ਕਰ ਲੈ। ਤੂੰ ਗੁਰੂ ਬਾਦਸ਼ਾਹ ਸਭ ਜਾਣਕਾ ਭਲੇ ਪੁਰਸ਼ਾਂ ਦਾ ਕਹਿਣ ਲੱਗੇ ਇੱਕ ਖਿਆਲ ਕਰ ਕਹਿ ਕਬੀਰ ਸੁਣੋ ਰੇ ਸੰਤੋ। ਬਾਬਾ ਕਬੀਰ ਆਖਦੇ ਨੇ ਹੇ ਭਲੇ ਸੰਤ ਭਲੇ ਪੁਰਖੋ ਇੱਕ ਗੱਲ ਸਮਝ ਲਓ ਇਸ ਮਨ ਨੂੰ ਸਮਝਾਓ ਤਾਂ ਕਿ ਸਾਧ ਸੰਗਤ ਵਿੱਚ ਜੁੜ ਜਾਏ ਪਰ ਇਹ ਭਟਕ ਰਿਹਾ ਹੈ ਇਸ ਤਰ੍ਹਾਂ ਜਿਵੇਂ ਜੰਗਲ ਦਾ ਪੰਖੀ ਜੰਗਲ ਵਿੱਚ ਰਹਿਣ ਵਾਲਾ ਪੰਖੀ ਜਿਹੜਾ ਹੈ ਉਹ ਭਟਕਦਾ ਹੈ ਨਾ ਹੁਣ ਇਸ ਦਰਖਤ ਦੀ ਟਾਹਣੀ 'ਤੇ ਹੈ ਹੁਣ ਇਸ ਦਰਖਤ ਦੀ ਟਾਹਣੀ 'ਤੇ ਹੈ ਉਹਨੂੰ ਇਹ ਵੀ ਨਹੀਂ ਪਤਾ ਹੁੰਦਾ ਇਹਦੇ ਵਿੱਚੋਂ ਜ਼ਹਿਰੀਲਾ ਦਰਖਤ ਕਿਹੜਾ ਹੈ। ਗੁਰੂ ਦੇ ਬਾਣੀ ਵਿੱਚ ਐਵੇਂ ਨਹੀਂ ਆਖ ਦਿੱਤਾ ਕਹਿਣ ਲੱਗੇ ਕਾਹੇ ਰੇ ਮਨ ਵਿਖਿਆ ਬਣ ਜਾਏ ਗੁਰਬਾਣੀ ਕਾਹੇ ਰੇ ਮਨ ਹੇ ਮਨ ਤੁਸੀਂ ਤੇ ਜੰਗਲ ਵਿੱਚ ਫਿਰ ਰਿਹਾ ਕਾਹੇ ਰੇ ਮਨ ਵਿਖਿਆ ਬਣ ਜਾਏ ਕਹਿਣ ਲੱਗੇ ਭੁੰਡੋ ਰੇ ਠੱਗ ਮੂਰੀ ਖਾਏ ਤੈਨੂੰ ਪਛਾਣ ਕੋਈ ਨਹੀਂ ਜੰਗਲ ਦਾ ਪੰਖੀ ਬਣ ਕੇ ਜਿਹੜੀ ਠੱਗ ਬੂਟੀ ਭਾਵ ਜ਼ਹਿਰ ਦੀ ਬੂਟੀ ਹੈ ਉਹ ਹੀ ਤੇਰੇ ਜੀਵਨ ਦਾ ਆਹਾਰ ਬਣ ਚੁੱਕੀ ਹੈ। ਬਾਬਾ ਕਬੀਰ ਕਹਿੰਦੇ ਬਹੁਤ ਸਾਰੀਆਂ ਲੱਕੜਾਂ ਦਾ ਜੁੜ ਕੇ ਤਰਨ ਦੀ ਸ਼ਕਤੀ ਪੈਦਾ ਕਰਨਾ ਭਾਵ ਸਾਧ ਸੰਗਤ ਦੀ ਇਕੱਤਰਤਾ ਵਿੱਚ ਇਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲਹਿਰਾਂ ਵਿੱਚੋਂ ਬਚ ਕੇ ਜੀਵਨ ਨੂੰ ਸੰਸਾਰ ਸਮੁੰਦਰ ਤੋਂ ਪਾਰਲੇ ਕਿਨਾਰੇ 'ਤੇ ਲਿਜਾਣ ਦੀ ਸ਼ਕਤੀ ਪੈਦਾ ਕਰਨਾ ਬਸ ਇਹੋ ਹੀ ਬੇਤਰਨੀ ਨਦੀ ਹੈ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਪਿਠਲਾ ਇਹਨਾਂ ਸ਼ਬਦਾਂ ਨਾਲ ਖਿਮਾਂ ਦਾ ਜਾ ਚਿਖਾ ਫਤਿਹ ਪਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।